ਇੱਥੇ ਕਿਵੇਂ ਖੜਾ ਲਿਆ ਕੇ ਖੜਾਉਣਿਆ ਤੂੰ ਐ ਕਰ ਇੱਥੇ ਨਾ ਨਿਗਾਹ ਰੱਖ ਮੈਂ ਮਾੜੇ ਜਿਹੇ ਪੈਸੇ ਲਿਆ ਨਾਲ ਕੀ ਕਰੇਗਾ ਜੋੜ ਮੈਂ ਲਾ ਕੇ ਆਊਂਗਾ ਉਹ ਕੰਮ ਇਹ ਕੰਮ ਕੱਲੇ ਪੈਸੇ ਹੀ ਲੈਣੇ ਆ ਸੱਜਰਿਆ ਤੂੰ ਮੇਰੇ ਛਿੱਤਰ ਪਵਾਏਗਾ ਰੱਖ ਲਾਂਦਾ ਰੱਖ ਚੱਲ ਆ ਜਾ ਸਮਾਨ ਚੱਕ ਲਿਆ ਐਂ ਦਾ ਕਿੱਥੋਂ ਮੰਗਾ ਰਹਿਤਾ ਗਏ ਹੈ ਕੀ ਐ ਜੇ ਕਾਹਤੋਂ ਕਰਦਾ ਹੈਗਾ ਗੱਲ ਸੁਣਦਾ ਮੇਰੀ ਇੱਕ ਇਹਨਾਂ ਦੀ ਬਹੂ ਆ ਗਈ ਸੋਹਣੀ ਵਾਲੀ ਆ ਪੰਗੇ ਹਰਕਤਾਂ ਨਾ ਕਰੀ ਮੈਂ ਲਾਉਂਗਾ ਕੰਨ ਤੇ ਕਿਤੇ ਮੇਰਾ ਚ ਉਸਤਾਦ ਬਣਾ ਰੋਲ ਦੇ ਚੰਗਾ ਕੋਈ ਨਹੀਂ ਨਹੀਂ ਕੁਛ ਹਾਂ ਆ ਜਾ ਚਾਹ ਪਾਣੀ ਪਿਆਉਂਦੇ ਨੇ ਇਹਦੇ ਕੋਲ ਹੀ ਪਤਾ ਨਹੀਂ ਕਿੱਧਰ ਗਈ ਇੱਕ ਹੋਰ ਉਹ ਕਿਵੇਂ ਆ ਭਾਈ ਹਾਂਜੀ ਠੀਕ ਹੈ ਚੱਲਦੀ ਆ ਬੰਬੀ ਕੱਢਦੀ ਆ ਪਾਣੀ ਫਿਰ ਬਹਿ ਜਾ ਹਾਂਜੀ ਮੈਂ ਕਿਹੜਾ ਕਰੰਟ ਮਾਰਦਾ ਨਹੀਂ ਕੋਈ ਗੱਲ ਨਹੀਂ ਤੁਸੀਂ ਇੱਧਰ ਆ ਜਾਓ ਬਈ ਵਧੀਆ ਆ ਜਾ ਇੱਥੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕੋਈ ਗੱਲ ਨਹੀਂ ਹੈ ਨਹੀਂ ਤੇਰੇ ਘਰ ਵਾਲਾ ਬੜਾ ਹੈ ਨਾ ਹੈ ਨਹੀਂਗਾ ਕੱਲੀਆਂ ਕੱਲੀ ਰਹਿਣੀ ਹੈ ਫਿਰ ਉਹਦੀ ਬਹੂ ਹੈ ਸੋਹਣੀ ਜਿਹੀ ਸੋਹਣੀ ਜੀ ਕਿਥੋਂ ਥੋੜਾ ਜਿਹਾ ਜਿਹੜਾ ਛੋਟੀ ਜੀ ਤੇ ਫਿਰ ਤੁੰਨ ਛੋਟੀ ਦੇ ਕਾਨੂੰ ਛੋਟੀ ਤੇ ਕਿਥੋਂ ਫਿਰਦਾਗਾ ਜੀ ਉਹੀ ਝੇਡਾ ਕਰੀ ਜਾਂਦੇ ਹੋਗੇ ਤੈਨੂੰ ਦੱਸਾਂਗਾ ਮੈਂ ਚਾਹ ਪਾਣੀ ਦਾ ਪੀਵਾਂਗੇ ਕੋਈ ਗੱਲ ਨੀ ਬਹਿ ਪੈ ਜਾ ਤੂੰ ਗੱਲਾਂ ਪੈ ਕਰ ਲਾ ਦੁੱਖ ਸੁੱਖ ਕਰ ਲਾ ਨਹੀਂ ਕੋਈ ਗੱਲ ਨੀ ਕੋਲੀ ਬਿਠਾਉ ਐਡੀ ਦੂਰੋਂ ਆਇਆ ਮੈਂ ਆ ਕੀ ਬੁੜਬੁੜ ਚ ਕਰੀ ਜਾਂਦਾ ਕੰਨਾਂ ਚ ਚੱਲ ਕੋਈ ਬਹਿ ਜਾ ਬਹਿ ਜਾ ਅੱਛਾ ਨਹੀਂ ਬਹਿ ਤਾਂ ਜਾਂਦੀ ਆ ਕੋਈ ਚੱਕਰ ਨਹੀਂ ਪੈਸੇ ਲੈ ਕੇ ਜਾਣੇ ਸੀ ਤੁਸੀਂ ਹੋਰ ਕੀ ਕਰਨਾ ਆ ਪੈਸੇ ਤਾਂ ਫਿਰ ਤੁਹਾਡੇ ਕਿੰਨੇ ਬਣਦੇ ਆ ਕਿਉਂ ਕੋਈ ਨਾ ਆ ਜਾ ਕੋਈ ਨਾ ਮੱਚ ਜੀ ਮੈਂ ਤਾਂ ਗਣੇ ਨੇ ਮੋਟਰ ਦਾ ਦਵਾਰੇ ਲਾਵਾਂਗੇ ਪੰਜ ਚੀ ਦਿਨ ਕੀ ਹੋ ਗਿਆ ਹੈ ਮੋਟਰ ਤਾਂ ਨਹੀਂ ਮੱਚੀ ਤੇਰੀ ਨਾ ਮੋਟਰ ਤਾਂ ਵਧੀਆ ਚੱਲੀ ਜਾਂਦੀ ਆ ਗੱਲ ਕਰ ਪਾਣੀ ਘੱਟ ਚੱਕਦੀ ਆ ਫਿਰ ਤੈਨੂੰ ਉਹਦੇ ਕਿਹਾ ਸੀ ਕੋਈ ਗੱਲ ਨਹੀਂ ਹੌਲੀ ਹੌਲੀ ਚੱਕੂਗੀ ਤੇ ਇੱਕ ਮੈਂ ਕਹਿੰਦੀ ਸੀ ਪੈਸੇ ਫਿਰ ਤੁਹਾਡੇ ਕਿੰਨੇ ਬਣਦੇ ਆ ਤਾਂ ਦੱਸ ਦਿਓ 500 ਰੁਪਿਆ 500 ਕਰਿਆ ਕੀ ਆ 500 ਨੂੰ ਇਹ ਜਾਦੂ ਜਾਦੂ ਕਰਿਆ ਦੋ ਮੋਟਰਾਂ ਚਲਾਈਆਂ ਨੇ ਤੇਰੀਆਂ ਮੈਂ ਫਿਰ 500 ਹੋ ਗਿਆ ਲੈ ਹੋਰ ਇੰਨੀ ਤਾਂ ਮਹਿੰਗਾਈ ਹੈਗੀ ਫਿਰ ਹੁਣ ਮੈਂ ਮੇਰੇ ਕੋਲ ਪੈਸੇ ਘੱਟ ਨੇ ਕੋਈ ਨਹੀਂ ਜਦੋਂ ਦੂਜੀ ਵਾਰ ਆਏ ਉਦੋਂ ਫਿਰ ਹੀ ਕਰ ਦੇ ਜਾਣਾ ਲੱਗੀ ਰਹੂਗਾ ਐ ਤਾਂ ਕੋਈ ਗੱਲ ਨੀ ਹੁਣ ਮੇਰਾ ਘਰ ਵਾਲਾ ਵੀ ਨੀ ਹੈਗਾ ਨਹੀਂ ਤਾਂ ਮੈਂ ਉਹਤੋਂ ਲੈ ਕੇ ਚਲੋ ਤੁਸੀਂ ਜਿਵੇਂ ਮਰਜ਼ੀ ਸਮਝ ਲਿਆ ਕਰੋ ਕਦੋਂ ਮਰਜ਼ੀ ਲੈ ਜਾਓ ਨੰਗ ਤੇ ਟੱਪਦੇ ਹੁਣ ਮੇਰੇ ਕੋਲ ਥੋੜੇ ਆ ਮੈਨੂੰ ਕੀ ਕੋਈ ਗੱਲ ਨੀ ਇਕੱਲੇ ਆ ਜਾਓ ਪੈਸੇ ਲੈ ਕੇ ਜਾਣੇ ਤੁਸੀਂ ਤਾਂ ਹਾਂ ਉਹ ਤਾਂ ਵੈਸੇ ਤਾਂ ਘਰੇ ਹੁੰਦਾ ਗਾ ਅੱਜ ਹੀ ਹੈ ਨੀ ਸੀਗਾ ਬਾਹਰ ਵਗ ਗਿਆ ਤੂੰ ਮਾੜਾ ਜਿਹਾ ਦੇਖ ਕੇ ਬੋਲਿਆ ਕਰ ਨਾ ਉਹ ਕੀ ਕੁਛ ਨੀ ਹੁੰਦਾ ਕੋਈ ਕੁਛ ਨੀ ਹੁੰਦਾ ਲਹੁੰਦਾ ਕਿ ਮੇਰੇ ਛੱਤਰ ਪਾਏਗਾ ਉਹ ਚੋਈ ਆਏ ਕਰਾ ਨਹੀਂ ਬੜੀ ਹੋਣਾ ਸੋਹਣੀ ਅੱਛਾ ਤੂੰ ਤਾਂ ਬਾਕੀ ਨਾ ਰੋਜ਼ ਦਾ ਕਿਹੜਾ ਲੱਗਿਆ ਰਹੂਗਾ ਤੇਰੀ ਗੱਲ ਆ ਗਈ ਰਾਜੂ ਨਹੀਂ ਗੱਲ ਕਿੱਥੋਂ ਆ ਗਈ ਉਹਨੂੰ ਉਧਰ ਵਾਲੇ ਵਿਚਾਲੇ ਬਾਉਣੀ ਸੀਗੀ ਵਿਚਾਲੇ ਬੈਂਦੀ ਨਹੀਂ ਐਂ ਕਿ ਕਰਨਾ ਸਾਰ ਯਾਰੀ ਵੀ ਆ ਕੋਈ ਨਹੀਂ ਕਾਬਰ ਨਾ ਫਿਰੀ ਲਾ ਕੋਈ ਨਾ ਮੈਂ ਕਰਤਾ ਜਾਂ ਮੈਂ ਆ ਜੀ ਹਾਂ ਆ ਲੋ ਵੇ ਕਿਰਾਏ ਕਰੋ 200 ਲੈ ਜਾਓ ਅੱਛਾ ਤੇ ਬਾਕੀ ਫਿਰ 300 ਰਹਿ ਗਿਆ ਹਾਂ 300 ਰਹਿ ਗਿਆ ਕੋਈ ਗੱਲ ਨਹੀਂ ਮੈਂ ਦੇ ਦੂਈ ਕੋਈ ਨਹੀਂ ਮੈਂ ਲੋੜ ਤਾਂ ਨਹੀਂ ਰੁਪਈਆਂ ਦੀ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਡੇ ਦੇਣੇ ਹੀ ਆ ਰੁਪਈਆ ਹੈ ਨਹੀਂ ਕਿ ਕਰੇ ਦੇ ਲੈਵੇ
ਨਾ ਮੇਰੇ ਕੋਲ ਤਾਂ ਹੀ ਸੀ 200 ਫਿਰ ਐਂ ਦੱਸ ਨਾ ਕੋਈ ਗੱਲ ਨਹੀਂ ਮੈਂ ਬਾਅਦ ਚ ਲੈ ਜੂੰਗਾ ਕਈ ਵਾਰ ਲੋੜ ਪੈ ਜਾਂਦੀ ਆ ਐਮਰਜੈਂਸੀ ਕੋਈ ਗੱਲ ਨਹੀਂ ਫਿਰ ਮੈਂ ਲੈ ਲੂ ਮੇਰੇ ਘਰ ਵਾਲੇ ਤੋਂ ਫਿਰ ਕੀ ਆ ਕੀ ਪਤਾ ਕਦੋਂ ਆਊਗਾ ਚੱਲ ਮੈਂ ਉਹਦਾ ਕੀ ਪਤਾ ਹੀ ਰੱਖ ਲੋ ਕੋਈ ਨਹੀਂ ਤੂੰ ਤਾਂ ਸਾਡੇ ਕੋਲ ਵਾਧੂ ਹੈ ਤੂੰ ਹੀ ਬਸ ਇੱਕ ਆ ਜਾ ਐਂ ਤਾਂ ਫਿਰ ਸਾਡਾ ਹੱਕ ਆ ਨਾ ਹੱਕ ਤਾਂ ਅਸੀਂ ਲੈਣਾ ਗ੍ਰਾਹੀ ਇਕੱਠੀ ਕਰਦੇ ਸੀਗੇ ਨਾ ਵੀ ਜਾ ਦੇ ਓ ਫਿਰ ਤੁਹਾਡੇ ਵੀ ਦੇਣੇ ਆ ਨਾ ਤੇਰੇ ਨਾਲ ਕੀ ਵੰਡਿਆ ਹੈਗਾ ਚੱਲ ਜੇ ਤੁਸੀਂ ਮੈਂ ਕਹਾਂਗਾ ਫਿਰ ਜੀ ਕਟਾ ਦੇ ਲਈ ਆ ਜਾ ਮਮੀਨੇ ਕਿ ਫਿਰੀ ਲਾ 500 ਫੱਟੇ ਕਿੱਡੀ ਨਹੀਂ ਕੋਈ ਗੱਲ ਜਾਂ ਨਾ ਕਰ ਲੈ ਹਾਂ ਕੋਈ ਗੱਲ ਨਹੀਂ ਹੁਣ ਕਿੱਥੇ ਆਵਾਂਗੇ ਰਹਿਤੇ ਹੋਏ ਨਾ ਘੰਟੇ ਬਾਅਦ ਹੀ ਆ ਜਾ ਚਾਹੇ ਓਏ ਕਿੱਧਰ ਆ ਜਾ ਹੁਣ ਲੈ ਮੋਟਰ ਕਿੱਥੋਂ ਮੋਟਰ ਭਜਾਈ ਜਾਂਦਾ ਕਾ ਸੱਜਣਾ ਐ ਸੁੱਖਾ ਨਹੀਂ ਸੁੱਕਦੇ ਹੁੰਦੇ ਤੂੰ 70 ਪਵਾਏਗਾ ਲੈ ਕਿੰਨੇ ਚੰਗੇ ਆ ਗਏ ਇਹੋ ਜਿਹਾ ਵੀ ਕੋਈ ਬੰਦਾ ਉਹਨਾਂ ਨੇ ਪੈਸੇ ਲੈਣ ਆਏ ਸੀ ਵਿਚਾਰੇ ਨੇ ਪੁੱਛ ਕੇ ਵੀ ਤੇਰੇ ਕੋਲ ਹੈ ਨਹੀਂ ਵਿਚਾਰੇ ਫੜਾ ਗਏ ਮੈਨੂੰ ਮੋੜ ਕੇ ਚੱਲ ਕੋਈ ਨਹੀਂ ਫੇਰ ਲੈ ਜਾਣਗੇ ਨੰਗ ਦੇ ਟੱਪ ਦੇ ਕਿੰਨੇ ਚੰਗੇ ਹੈਗੇ ਦੋਨੇ ਮੁੰਡੇ ਹੱਸ ਮੁੱਖ ਨੇ ਗੇ ਊਂ ਤਾਂ ਜੀ ਜਾ ਲਵਾ ਜਾਂਦੇ ਹੈਗੇ ਡੁੱਪੜੇ 10 ਕੁ ਮਿੰਟ ਹੀ ਆ ਕੇ ਚੱਲ ਬਹਾਨੇ ਨਾਲ ਆ ਜਾ ਕਰਨਗੇ ਨਾਲੇ ਮੇਰਾ ਜੀ ਲੱਗ ਜਾ ਕਰੂਗਾ ਮੈਂ ਟੀ ਸ਼ਰਟ ਦੇ ਨਾ ਬਟਨ ਜਿਹੇ ਟੁੱਟ ਗਏ ਮੈਨੂੰ ਲੱਗਦਾ ਹੁਣ ਇਹਦੇ ਨਾਲ ਦੇ ਬਟਨ ਹੋਰ ਲਿਆਉਣੇ ਪੈਣਗੇ ਉਹ ਕੀ ਕਰੀ ਜਾਂਦੇ ਆ ਸੋਨੀ ਕੁਛ ਨਹੀਂ ਜੀ ਮੈਂ ਕੀ ਕਰਨਾ ਗਾ ਕਹਿੰਦਾ ਟੀ ਸ਼ਰਟ ਦਾ ਬਟਨ ਜਾਂ ਦੇਖਦੀ ਸੀਗੀ ਟੁੱਟਿਆ ਪਿਆ ਗਾ ਮੈਂ ਹੋਰ ਲਿਆਉਣਾ ਪਊਗਾ ਦੁਕਾਨ ਤੋਂ ਜਿਹਦਾ ਵਾਲੀ ਬਣੀ ਠਣੀ ਜੀ ਬੈਠੀ ਆ ਕਿਉਂ ਅੱਗੇ ਵੀ ਤਾਂ ਆਈ ਹੁੰਨੀ ਹੈਗੀ ਅੱਜ ਵਾਲੀ ਨਿਗਾਹ ਵੱਜ ਗਈ ਮੇਰੇ ਤੇ ਤੁਹਾਡੀ ਫਰਕ ਲੱਗਦਾ ਅੱਜ ਕੀ ਫਰਕ ਲੱਗਦਾ ਯਾਰ ਕਰ ਲੀੜੇ ਜੁੜੇ ਪੁਰਾਣੇ ਤਰ੍ਹਾਂ ਨਹੀਂ ਪਾ ਲਿਆ ਕਰ ਕਿਉਂ ਕੀ ਗੱਲ ਹਾਂ ਕੋਈ ਅੜਾਰੀ ਨਾ ਹੋਰ ਹੀ ਬਾਜੀਆਂ ਮਾਰਦਾ ਫਿਰਦਾ ਤੇਰੇ ਤੇ ਬਸ ਬਸ ਰਹਿਣ ਦੋ ਤੁਸੀਂ ਰਹਿਣ ਦੇ ਕਿਉਂ ਉਹੀ ਪੁੱਠੀਆਂ ਸਿੱਧੀਆਂ ਜਾਂ ਗੱਲਾਂ ਕਰਨ ਲੱਗ ਜਾਣਗੇ ਮੈਨੂੰ ਪਤਾ ਲੱਗ ਗਿਆ ਮੈਂ ਕਿਹਾ ਕੀ ਪਤਾ ਲੱਗ ਗਿਆ ਤੁਹਾਨੂੰ ਉਹ ਕਿਹੜਾ ਮਿਸਤਰੀ ਜਾਗਾ ਬਾਜੀ ਮਾਰਦਾ ਫਿਰਦਾ ਗੇੜੇ ਦਿੰਦਾ ਉਹ ਮਾੜਾ ਜਿਹਾ ਨਾ ਮੂੰਹ ਸੰਭਾਲ ਕੇ ਗੱਲ ਕਰਿਆ ਕਰੋ ਮੂੰਹ ਸੰਭਾਲ ਕੇ ਕਿਉਂ ਤੇ ਤੁਸੀਂ ਉਹਦੇ ਬਾਰੇ ਇੱਦਾਂ ਕਿਵੇਂ ਕਹਿ ਸਕਦੇ ਹੋਗੇ ਇੱਦਾਂ ਅੱਗੇ ਕਿਵੇਂ ਕਹਿ ਸਕਦੇ ਮੈਨੂੰ ਜੇ ਕੁਛ ਹੱਕ ਪਿਆ ਤਾਂ ਫੇਰ ਹੀ ਕਹਿਣਾ ਉਹਨਾਂ ਦਾ ਤਾਂ ਕੰਮ ਹੈਗਾ ਘਰ ਘਰ ਜਾਣਾ ਤੇ ਮੋਟਰਾਂ ਸਹੀ ਕਰਨੀਆਂ ਅਗਲੇ ਦਾ ਪਾਣੀ ਚੁਕਵਾਉਣਾ ਠੀਕ ਹੈ ਨਾ ਤੇਰੇ ਦਿਮਾਗ ਹੀ ਪੁੱਠਾ ਚੱਲਦਾ ਹੈ ਮੇਰਾ ਦਿਮਾਗ ਤਾਂ ਸਿੱਧਾ ਚੱਲਦਾ ਚਾਹ ਜੁਦਾ ਕਰ ਲਾਂਦੀ ਕੋਈ ਹੁਣ ਤਾਂ ਤੂੰ ਚਾਹ ਪੀ ਕੇ ਗਿਆ ਸੀ ਬਿੰਦੇ ਜੱਟੇ ਤੇਰੀ ਚਾਹ ਨਹੀਂ ਲੋਟ ਆਉਂਦੀ ਹੈਗੀ ਕਿਉਂ ਤੇ 5 ਮਿੰਟ ਪਹਿਲਾਂ ਤਾਂ ਚਾਹ ਪੀ ਕੇ ਗਿਆ ਗਾ ਆ ਪਿਆ ਹਜੇ ਤਾਂ ਗੈਸ ਦੀ ਟੋਪੀਆ ਤਰਿਆ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਚਾਹ ਘੁੱਟ ਲਿਆਉਂਦਾ ਥੱਕ ਜਿੰਨਾ ਗਾ ਕੰਮ ਚਾਹ ਘੁੱਟ ਤਾਂ ਵਾਧੂ ਤਾਂ ਦਿੱਤਾ ਗਾ ਜੇ ਚਾਹ ਘੁੜੀ ਨਹੀਂ ਦਿੱਤਾ ਬਸ ਰਹਿਣ ਦੇ ਤੂੰ ਤੇਰੀਆਂ ਤਾਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਅਈਆਂ ਹੀ ਹੈਗੀਆਂ ਹੁੰਦੀਆਂ ਪਾਣੀ ਚਾਕਦਾ ਹਜੇ ਤੇਲ ਤੱਪਾ ਸਾਰਾ ਤਿਆਰ ਪਰ ਤਿਆਰ ਆ ਤੈਨੂੰ ਲੱਗਦਾ ਵੀ ਤੇਲ ਮੁੱਕਿਆ ਹੈਗਾ ਨੀ ਤੇਲ ਨੀ ਮੁੱਕਦਾ ਮੈਨੂੰ ਤਾਂ ਲੱਗਦਾ ਹੀ ਆ ਮੁੱਕੇ ਪਿਆ ਇਹ ਤਾਂ ਹੁਣੀ ਚੱਕਣ ਲੱਗ ਗਿਆ ਫਿਰ ਦੀਂਦਾ ਤਾਂ ਹੈ ਨੀਗਾ ਮੈਨੂੰ ਦਿੰਦੇ ਸੂ ਹੈ ਨਾ ਕਿੱਧਰੋਂ ਜੀ ਗੱਲਾਂ ਜੀਆਂ ਆ ਕੇ ਲੱਗ ਗਾ ਡਬਲ ਜੀਆਂ ਕਰਨ ਤੂੰ ਗੱਲਾਂ ਕਰਨ ਵਾਸਤੇ ਹੁੰਦੀਆਂ ਫਿਰ ਕਰਨ ਵਾਸਤੇ ਹੁੰਦੀ ਕੋਈ ਟਾਈਮ ਵੀ ਹੁੰਦਾ ਗੱਲਾਂ ਕਰਨ ਵਾਸਤੇ ਕਿਉਂ ਟਾਈਮ ਹੀ ਆ ਵਿਹਲੀ ਬੈਠੀ ਆ ਆਹੋ ਵਿਹਲੀ ਬੈਠੀ ਆ ਮੈਂ ਦੱਸਿਆ ਤੈਨੂੰ ਵੀ ਬਾਜੀ ਕੋਈ ਮੋਹਰ ਨਾ ਮਾਰ ਜੇ ਕਿਤੇ ਮੈਂ ਉਵੇਂ ਹੀ ਰਹਿ ਜੀ ਰੱਖ ਲਾ ਸਾਂਭ ਕੇ ਤੇਰੇ ਘਰ ਵਾਲੀਆਂ ਤੂੰ ਰੱਖ ਸਕਦਾਂਗਾ
ਆਹੋ ਬੰਟਣ ਕੇ ਜੇ ਨਾ ਰਿਹਾ ਗਰਬਾਲੀ ਹੋਰ ਮਿੱਟੀ ਮਾਰ ਲਿਆ ਕਰੂੰਗੀ ਚੱਕ ਕੇ ਫੇਰ ਆਊਗਾ ਕੁੱਲੂ ਪੰਪ ਜੇ ਲੁੱਟ ਕਰਨ ਨੂੰ ਅੱਜ ਤੇ ਉਹ ਤਾਂ ਜਦੋਂ ਖਰਾਬ ਹੋਊਗੀ ਚੀਜ਼ ਆਊ ਗਈ ਮਿਸਤਰੀ ਹੈਗਾ ਤਾਂ ਮਿਸਤਰੀ ਆਪ ਕਰ ਲਿਆ ਕਰੋ ਠੀਕ ਫਿਰ ਬਾਜੀ ਲਾਉਣਾ ਫਿਰਦਾ ਉਹ ਗੇੜੇ ਮਾਰਦਾ ਬਸ ਤੂੰ ਬਾਰ ਬਾਰ ਹੁਣ ਉਹਦੇ ਨਾਲ ਰਿਪੀਟ ਕਰੀ ਚੱਲ ਉੱਡੂ ਉੱਡੂ ਕਰੀ ਜਾਂਦੀ ਆ ਤੂੰ ਤੂੰ ਬਾਲਾ ਉੱਡੂ ਉੱਡੂ ਕਰਨ ਲੱਗ ਗਈ ਹੋਣਾ ਉੱਡੂ ਉੱਡੂ ਕਰਨ ਲੱਗ ਗਈ ਦਿਸਣ ਲੱਗ ਗਿਆ ਨਾ ਤੈਨੂੰ ਜੇ ਤੇਰੇ ਚ ਤੇਲ ਪਾਣੀ ਖਤਮ ਹੋ ਰਿਹਾ ਤਾਂ ਉੱਡੂ ਉੱਡੂ ਦੱਸ ਪਿਆ ਕਰੂੰਗੀ ਮੇਰੇ ਚ ਨੀ ਹੋਇਆਗਾ ਮੇਰੇ ਚ ਤਾਂ ਵਾਧੂ ਆ ਉਹ ਤਾਂ ਦੀਂਦਾ ਹੀ ਆ ਉਹ ਤਾਂ ਕਹਿਣ ਦੀ ਜ਼ਰੂਰਤ ਹੀ ਨੀ ਪੈਂਦੀ ਕਿਉਂ ਹਾਂ ਮੇਰਾ ਤੇਲ ਨੀ ਮੁੱਕਦਾ ਕਦੇ ਵੀ ਮੁੱਕਿਆ ਪਿਆ ਰਾਂਝਿਆ ਤੇਰੇ ਚ ਤੇਲ ਨਹੀਂ ਮੁੱਕਦਾ ਮੈਨੂੰ ਪਤਾ ਕਿਉਂ ਨੀ ਲੱਗਦਾ ਮੈਨੂੰ ਸਾਰੇ ਹੀ ਪਤਾ ਵੀ ਮੇਰੇ ਤੇਲ ਪਾਣੀ ਹੈਗਾ ਕਿ ਹੈ ਨੀ ਮੈਂ ਤਾਂ ਫੱਟੇ ਚੱਕਦਾ ਨਾ ਉਹਨਾਂ ਬਣਾਈ ਰੱਖੀ ਖਾਧੀ ਹੋਈ ਆ ਐਵੇਂ ਨੀ ਆਈਆਂ ਹੈ ਇਹ ਖੁਰਾਕ ਨਾਲ ਨਹੀਂ ਆਉਂਦੀਆਂ ਮੁੱਛਾਂ ਬਣਾ ਕੇ ਰੱਖੀ ਦੀਆਂ ਫੇਰ ਹੀ ਖੜੀਆਂ ਹੁੰਦੀਆਂ ਜੇ ਬਸ ਮਕਾਨ ਤਾਂ ਕਿਆ ਰਹੇ ਜੇ ਸਰੀਰ ਚ ਜਾਣਗੀ ਫੇਰ ਹੀ ਵੱਟ ਦਿੰਦਾ ਉਹ ਵੱਟ ਕੇ ਮੈਂ ਦੇ ਦੂਗਾ ਕਿਹੜਾ ਸਰੀਰ ਚ ਜਾਣੀ ਬੇ ਰਾਂਝਿਆ ਇੱਥੇ ਜਾਣ ਨਹੀਂ ਹੁੰਦੀ ਇੱਥੇ ਹੁੰਦੀ ਆ ਡੋਲਿਆਂ ਸਾਰੇ ਕਹਿੰਦੇ ਹੁੰਦੇ ਆ ਮੈਂ ਸਾਰੇ ਕਿੱਥੇ ਹੈ ਜਾਣ ਬਸ ਤੇਰੀਆਂ ਗੱਲਾਂ ਨਹੀਂ ਮੁੱਕਦੀਆਂ ਹੈਗੀਆਂ ਦਿੰਨੀਆਂ ਚਾਹ ਬਣਾ ਕੇ ਡੱਪ ਲਈ ਬੋਲਦੀ ਦੇਖੀ ਕਿਵੇਂ ਆ ਹੋਰ ਕਿਵੇਂ ਬੋਲਾਂ ਤੈਨੂੰ ਹੋਰ ਆ ਜੇ ਭੱਜ ਕੇ ਲਓ ਜੀ ਚਾਹ ਪੀ ਲਓ ਐ ਕਰਦੀ ਹੈਗੀ ਕਹੀ ਕਿ ਯਾਰ ਬੜੀ ਇਹ ਚਾਂਬੜ ਗਈ ਯਾਰ ਮੈਂ ਕਹਿੰਦਾ ਨੀ ਕੁਛ ਹੁਣ ਤਾਂ ਕਦੇ ਮੈਨੂੰ ਇਹਦਾ ਕੁੱਟ ਖਾਊਗੀ ਉਹਦੇ ਤੋਂ ਕਿੱਧਰ ਗਈ ਆ ਬੈਠੀ ਆ ਕਿਉਂ ਭਾਬੀ ਏ ਵਧੀਆ ਅੱਜ ਕਿਵੇਂ ਯਾਦ ਆ ਗਈ ਤੇ ਉਹਨੂੰ ਯਾਦ ਤਾਂ ਮੈਨੂੰ ਤਾਂ ਰੋਜ਼ ਹੀ ਯਾਦ ਆਉਂਦੀ ਆ ਤੂੰ ਹੀ ਭੁੱਲ ਗਈ ਤੇ ਉਹਨੂੰ ਲੱਗਦਾ ਮੈਂ ਤਾਂ ਕਿਉਂ ਭੁੱਲ ਗਈ ਮੇਰੇ ਤਾਂ ਯਾਦ ਹੀ ਰਹਿੰਦਾ 24 ਘੰਟੇ ਜਮੀ ਨੀ ਯਾਦ ਯੂਦ ਕਰਦੀ 24 ਘੰਟੇ ਨੂੰ ਲੱਗਦਾ ਘੰਟਾ ਵੀ ਨੀ ਯਾਦ ਕਰਦੀ ਮੈਨੂੰ ਤਾਂ ਉਹ ਤੈਨੂੰ ਪਤਾ ਤਾਂ ਹੈਗਾ ਗਾ ਤੇਰੇ ਪਾਲੇ ਬਾਈ ਦਾ ਫਿਰ ਉਹ ਐਵੇਂ ਸ਼ੱਕ ਕਰੀ ਜਾਂਦਾ ਰਹਿੰਦਾ ਤਾਂ ਕਰਕੇ ਮੈਂ ਤੈਨੂੰ ਫੋਨ ਲਾਉਣੋ ਹਟ ਗਈ ਹਰ ਕੇ ਅੱਗੇ ਤਾਂ ਜਦੋਂ ਮਾੜਾ ਜਿਹਾ ਇਕੱਲੀ ਹੁੰਦੀ ਸੀ ਡਰ ਰਾਤ ਤਾਂ ਦੇਖਦੀ ਨੀ ਸੀ ਉਹ ਤਾਂ ਉਹਦੀ ਕਹਿ ਦਿੰਦੇ ਸੀ ਆ ਜਾ ਤੇ ਉਹ ਇਕੱਲੀ ਆ ਮੈਂ ਫਿਰ ਕੀ ਕਰਾਂ ਕਈ ਵਾਰੀ ਜਦ ਆ ਜਾਂਦਾ ਗਾ ਫਿਰ ਸਵਾਲ ਜਵਾਬ ਬਾਹਲੇ ਪੁੱਛਦਾ ਮੈਂ ਤਾਂ ਅੱਗੇ ਵੀ ਜਵਾਬ ਦੇ ਹੀ ਦਿੰਦੀ ਸੀ ਬਸ ਉਹੀ ਲੱਗਦਾ ਹੁਣ ਪਿਆਰ ਘਟ ਗਿਆ ਪਿਆਰ ਤਾਂ ਕਿਉਂ ਘਟ ਗਿਆ ਐਂ ਥੋੜੀ ਪਿਆਰ ਘਟ ਜਾਂਦਾ ਹੁੰਦਾ ਲੱਗਦਾ ਕੰਮਾਂ ਕਾਰਾਂ ਚ ਨਹੀਂ ਟਾਈਮ ਲੱਗਦਾ ਕੁਛ ਮੈਂ ਘਰੇ ਹੋਣਾ ਕੰਮ ਸਟਾਰਟ ਕਰ ਲਿਆ ਸਲਾਈ ਸਲੂਈ ਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਅੱਗੇ ਤਾਂ ਵੀ ਕੋਲੇ ਬਹਿ ਕੇ ਕੰਮ ਕਰੀ ਜਾਂਦੀ ਸੀ ਨਾਲੇ ਫੋਨ ਕਰ ਦਿੰਦੀ ਆ ਜਾ ਨਾਲੇ ਕੰਮ ਕਰੀ ਜਾਂਦੀ ਸੀ ਸੱਚ ਮੇਰੇ ਫੋਨ ਚ ਬੈਲੈਂਸ ਵੀ ਨਹੀਂ ਹੈਗਾ ਦੋ ਦਿਨ ਹੋ ਗਏ ਬਹਾਨੇ ਬਹਾਨੇ ਮੈਨੂੰ ਦੱਸ ਦਿੰਦੀ ਮੈਂ ਕਰਵਾ ਦਿੰਦਾ ਦੱਸ ਦੇ ਘਰੇ ਵੀ ਆਏ ਸੀ ਉਹ ਤਾਂ ਝਾਕੀ ਵੀ ਨਹੀਂ ਮੇਰੇ ਕੰਨੀ ਲੈ ਫਿਰ ਉਹ ਤਾਂ ਅੱਗੇ ਗੇੜਾ ਮਾਰ ਜਾਂਦੀ ਸੀ ਕੋਈ ਨਾ ਗੇੜਾ ਗੇੜਾ ਤਾਂ ਤੁਹਾਨੂੰ ਦੱਸਿਆ ਨਹੀਂ ਵੀ ਕੰਮ ਵਾਲਾ ਹੁੰਦਾ ਕੀ ਕਰਾਂ ਜਾਏ ਨਹੀਂ ਜਾਂਦਾ ਕੋਈ ਹੋਰ ਹਾਰ ਦੇਖ ਲਿਆ ਦੇਖ ਗੱਲਾਂ ਦੇਖੇ ਕੀ ਕਰਦਾ ਹੈਗਾ ਲੱਗਦਾ ਰੰਗ ਢੰਗ ਜੇ ਤੇਰੇ ਬਦਲੇ ਦੇ ਲੱਗਦੇ ਆ ਕਿਉਂ ਹੋਰ ਦੇਖਣ ਨੂੰ ਦੁਕਾਨ ਤੇ ਸਮਾਨ ਮਿਲਦਾ ਹੈਗਾ ਜਿਹੜਾ ਮੈਂ ਤੈਨੂੰ ਛੱਡ ਕੇ ਕੋਈ ਹੋਰ ਦੇਖ ਲਿਆ ਹੋਊਗਾ ਹੈ ਫਰਕ ਪੈ ਗਿਆ ਅੱਗੇ ਨਾਲ ਨਹੀਂ ਫਰਕ ਪਿਆ ਹੈਗਾ ਤੈਨੂੰ ਥੋੜਾ ਜਿਹਾ ਵਹਿਮ ਹੋ ਰਿਹਾ ਹੈਗਾ ਵਹਿਮ ਦੀ ਕੋਈ ਦਵਾਈ ਨਹੀਂ ਹੁੰਦੀ
ਨਾ ਹੋਵੇ ਲਾਜ ਐਵੇਂ ਤਾਂ ਲਾਦਾ ਐਵੇਂ ਥੋੜੀ ਕਹਿਣਾ ਗਾ ਜੇ ਮੈਨੂੰ ਕੁਛ ਮਾੜਾ ਮੋਟਾ ਪਤਾ ਲੱਗਿਆ ਫੇਰ ਹੀ ਕਹਿਣਾ ਮੈਂ ਅੱਗੇ ਤੈਨੂੰ ਕਿਉਂ ਨੀ ਕਹਿਤਾ ਕੀ ਪਤਾ ਲੱਗੇ ਮਿਸਤਰੀ ਜੇ ਬਾਹਰ ਗੇੜੇ ਮਾਰਦਾ ਗਾ ਓਹੋ ਅੱਛਾ ਉਹ ਤਾਂ ਮੁੰਡਾ ਵਾਲਾ ਹੀ ਚੰਗਾ ਹੁੰਦਾ ਭੇਜਿਆ ਤਾਂ ਤੂੰ ਹੀ ਸੀ ਮੈਂ ਤਾਂ ਮੋਟਰ ਸਮਾਨ ਨੂੰ ਇੱਕ ਵਾਰੀ ਭੇਜਿਆ ਸੀਗਾ ਉਹ ਫਿਰ ਮੇਰੇ ਕੋਲ ਨਾ ਪੈਸੇ ਹੈ ਹੀ ਨਹੀਂ ਸੀ ਉਸ ਦਿਨ ਤਾਂ ਮੋਟਰ ਤਾਂ ਉਹ ਸਮਾਰ ਗਿਆ ਕਹਿੰਦਾ ਚੱਲ ਮੈਂ ਫੇਰ ਲੈ ਲੂੰ ਮੁੜ ਕੇ ਹੋਗਾ ਐਡਾ ਹੋਗਾ ਤੇ ਉਹਦਾ ਗੱਲ ਦਾ ਸੰਦ ਭੁੱਲ ਗਿਆ ਫੇਰ ਉਹ ਲੈਣ ਆ ਗਿਆ ਉਹ ਮਿਸਤਰੀ ਲੁੱਚੇ ਹੁੰਦੇ ਆ ਅਸੀਂ ਉਹ ਥੋੜਾ ਜਿਹਾ ਬਚ ਕੇ ਰਹੇ ਉਹ ਸਮਾਰ ਕੇ ਇਹੋ ਜਿਹੀ ਆ ਉਹ ਲੁੱਚੇ ਹੋਣਗੇ ਆਪਦੇ ਸਿਰ ਤੇ ਹੋਣਗੇ ਮੈਂ ਕੀ ਕਰਵਾਉਣਾ ਗਾ ਉਹਨਾਂ ਤੋਂ ਹੈ ਦੂਜੇ ਦਿਨ ਉਹ ਵਿਚਾਰਾ ਪੈਸੇ ਲੈਣਾ ਹੈਗਾ ਇੱਕ ਉਹਦੇ ਨਾਲ ਇੱਕ ਹੋਰ ਫਿਰਦਾ ਸੀ ਬਹਿ ਗਏ ਕਹਿੰਦੇ ਭਰਜਾਈ ਚਾਹ ਚ ਵੀ ਪਿਆ ਦੇ ਮੈਂ ਕਿਹਾ ਚੱਲ ਕੋਈ ਗੱਲ ਨੀ ਚਾਹ ਦੀ ਕੀ ਗੱਲ ਆ ਬਹਿ ਜਾ ਮੈਂ ਕਿਹਾ ਚਾਹ ਪੀ ਜੋ ਵਧੀਆ ਗੱਲਾਂ ਮਾਰੀਆਂ ਉਹਨਾਂ ਨੇ ਹਸਮੁਖ ਜੇ ਹੈਗੇ ਸੀਗੇ ਦੋਨੇ ਅੱਛਾ ਕੋਈ ਇਸ ਤਰ੍ਹਾਂ ਦੇ ਤਾਂ ਲੱਗੇ ਨੀ ਹੈਗੇ ਮੈਨੂੰ ਵੀ ਐ ਬੇਈਮਾਨੇ ਹੁਣ ਤੈਨੂੰ ਦੋ ਵਾਰਾਂ ਚ ਕਿੱਥੋਂ ਲੱਗ ਜਾਣਗੇ ਹੁਣ ਹੌਲੀ ਹੌਲੀ ਉਹਨਾਂ ਨੂੰ ਸੁਭਾਅ ਪੈ ਗਿਆ ਹੁਣ ਆਇਆ ਕਰਨਗੇ ਤੇਰੇ ਕੋਲੇ ਬਿਨਾਂ ਕੰਮ ਤਾਂ ਕੋਈ ਕੀ ਲੈਣ ਆਊਗਾ ਕੋਈ ਨਾ ਤੇਰੇ ਸਾਹਮਣੇ ਆ ਦੇਖ ਲਈ ਹਾਂ ਉਹਦੇ ਪੈਸੇ ਦੇਣੇ ਆ ਕੇ ਆਪਾਂ ਆ ਜਾਣ ਲੈਣ ਆਈ ਨੀ ਪਤਾ ਤੇਰੇ ਬੈਠੇ ਕੀ ਆ ਜਾਣ ਇਹ ਕੋਈ ਪਤਾ ਨੀ ਕਿਹੜੇ ਵੇਲੇ ਆ ਜਾਣ ਚਾਹ ਹੋਰ ਚਾਹ ਬਣਾ ਕੇ ਲਿਆਵਾਂ ਬਸ ਚਾਹ ਤਾਂ ਮਹਾ ਭੁੱਲ ਭੱਲ ਹੀ ਗਈ ਲੱਗਦਾ ਉਹੀ ਲੱਗਦਾ ਤੈਨੂੰ ਆਪ ਹੀ ਬਗ ਜੀ ਉਹ ਤਾਂ ਨਹੀਂ ਫੋਨ ਕਰਦੀ ਹੁਣ ਤਾਂ ਤੈਨੂੰ ਦੱਸ ਕੇ ਹਟੀਆਂ ਫੋਨ ਚ ਮੇਰੇ ਬੈਲੈਂਸ ਹੈ ਚਲ ਕੋਈ ਨਾ ਜੀ ਰੀਚਾਰਜ ਕਰਵਾ ਦੀ ਫਿਰ ਕੋਈ ਨਾ ਕਰਵਾ ਦਾਂਗੇ ਅੱਗੇ ਕਿਹੜਾ ਕਰਵਾਇਆ ਨਹੀਂ ਚਲ ਠੀਕ ਆ ਹੁਣ ਚਾਹ ਪੀਂਦਾ ਨਹੀਂ ਬਸ ਗੱਲਾਂ ਹੀ ਮਾਰ ਲਾ ਮੇਰੇ ਨਾਲ ਤਾਂ ਗੱਲਾਂ ਤਾਂ ਹੁਣ ਬਹੁਤ ਮਾਰ ਲੈਣਾ ਹੁਣ ਕਿਤੇ ਗੱਲਾਂ ਫੇਰ ਹੁਣ ਆਪਾਂ ਤਾਂ ਦਿਓਰ ਭਾਬੀ ਆ ਜਾਣ ਤੇ ਫਿਰ ਉਹ ਕੀ ਕਰ ਦੂਗਾ ਤੈਨੂੰ ਪਤਾ ਨਾ ਰਿਹਾ ਉਹ ਦਿਓਰ ਭਾਬੀ ਵਾਲਾ ਰਿਸ਼ਤਾ ਆਪਣਾ ਸਮਝਦੇ ਨਹੀਂ ਹੈਗਾ ਉਹ ਤਾਂ ਫਿਰ ਉਹਦੀ ਸੋਚਣੀ ਆ ਗਲਤੀ ਸੋਚਦਾਗਾ ਉਹਦੀ ਸੋਚਣੀ ਆਪਾਂ ਕੀ ਕਰ ਸਕਦੇ ਆ ਆਪਾਂ ਤਾਂ ਨਹੀਂ ਕੁਛ ਕਰ ਸਕਦੇ ਹੈਗੇ ਆਪਾਂ ਨੂੰ ਤਾਂ ਹੁਣ ਆਪਣਾ ਨੂੰ ਪਤਾ ਹੀ ਆ ਵੀ ਆਪਾਂ ਕਿਹੜੇ ਰਿਸ਼ਤੇ 'ਚ ਬਣੇ ਹੋਏ ਹੈਗੇ ਫਿਰ ਉਹ ਵੀ ਉਵੇਂ ਸੋਚ ਰਿਹਾਗਾ ਸੋਚੀ ਜਾਣ ਦੇ ਫਿਰ ਆਪਣਾ ਕੀ ਕਰਦੇ ਸੁਣਾਉਂਦਾ ਉਹ ਤਾਂ ਯਾਰ ਪਹਿਲੇ ਦਿਨ ਵੀ ਇਹ ਜਾ ਸ਼ੱਕੀ ਅੱਜ ਦਾ ਥੋੜੀ ਆ ਕੱਲ ਮੈਂ ਉਹੀ ਕਰਦੀ ਬੈਠੀ ਜਦੋਂ ਕਿ ਹੁਣ ਆਪਣੀ ਗੱਲ ਹੋਈ ਆ ਉਦੋਂ ਦੀ ਸ਼ੱਕ ਕਰਨ ਲੱਗਿਆ ਪਹਿਲਾਂ ਕਿਹੜਾ ਤੈਨੂੰ ਛੱਡਦਾ ਸੀਗਾ ਕੱਲ ਮੈਂ ਉਹੀ ਬੈਠੀ ਤਿਆਰ ਹੋ ਕੇ ਬਹਿ ਗਈ ਵੈਸੇ ਕੰਮ ਕਰਦੀ ਸੀ ਮੈਂ ਕਿਹਾ ਚੱਲ ਤੇ ਆ ਨਵਾਂ ਸੂਟ ਪਾ ਲਿਆ ਹਾਂ ਟੌਰ ਟੂਰ ਜੀ ਤੂੰ ਬਾਲ ਗੂ ਕੱਢਣ ਲੱਗ ਗਈ ਲੈ ਤੂੰ ਕਹਿੰਦੇ ਹਮਾਰਾ ਹੁਣ ਮੇਰੀ ਜੇ ਹੁਣ ਨਹੀਂ ਟੌਰ ਕੱਢੂ ਫਿਰ ਬੁੜੀ ਹੋ ਕੇ ਕੱਢੂਗੀ ਉਹੀ ਤੂੰ ਉੱਚੀਆਂ ਟੌਰਾਂ ਚ ਹੋ ਰਹੀਆਂ ਉਹੀ ਨਾ ਕਹਤੇ ਕਹਿੰਦਾ ਹੱਥੋਂ ਘਮਾ ਕੇ ਬਹਿ ਜਾਵੇਂ ਐਂ ਬੋਲਦਾ ਮੈਨੂੰ ਤੈਨੂੰ ਨਹੀਂ ਪਤਾ ਉਹ ਪੁੱਠਾ ਵਾਲਾ ਚੱਲਦਾ ਹੁੰਦਾ ਯਾਰ ਤੂੰ ਬਾਗ ਜਾ ਕਿਤੇ ਆ ਨਹੀਂ ਜਾਂਦਾ ਆ ਯਾਰ ਦੇ ਮੇਰੇ ਕੀ ਗੱਲ ਮੈਂ ਬਾਗ ਜਨੇ ਮੈਂ ਕੋ ਘਰੇ ਹੈ ਹੀ ਨਹੀਂ ਸੀ ਮੈਂ ਚਾਹ ਜਾਣਾ ਮੈਂ ਤਾਂ ਚਾਹਣ ਕਰਦਾ ਸੀ ਫਿਰ ਬੁਲਾ ਲਈ ਚੰਗਾ ਹੋਣਾ ਰੀਚਾਰਜ ਕਰਾ ਦੀ ਹਾਂ ਹੁਣ ਤਾਂ ਚਾਹ ਚੰਗਾ ਬੁਲਾ ਲਈ ਫੋਨ ਕਰਕੇ ਹਾਂ ਚੰਗਾ ਕਰਾਉਣਾ ਮੈਂ ਜਾ ਕੇ ਕਰ ਦਿੰਦਾ ਚੰਗਾ ਪੁੱਲੀ ਦਾ ਕਾਨੂੰ ਆ ਦੇਵਰਾ ਤੈਨੂੰ ਤੂੰ ਪੁੱਲਣ ਨਾਲ ਆਪਾਂ ਦਵਾਂਗਾ ਤੂੰ ਤਾਂ ਮੇਰੇ ਦਿਲ 'ਚ ਵੱਸਦਾਂਗਾ ਗੱਲ ਕਰ ਮੈਂ ਹੀ ਥੋੜਾ ਜਿਹਾ ਧਿਆਨ ਭਟਕਾਈ ਕਰਦੀ ਸੀ ਆਪਦਾ ਚੱਲ ਆ ਗਿਆ ਮੇਰੇ ਯਾਦ ਕਰਵਾਤਾ ਵੀ ਹੈਗਾ ਮੈਂ ਚੱਲ ਪਿੰਡਾਂ 'ਚ ਤਾਂ ਅੱਜ ਮੈਂ ਸਦੇ ਹੀ ਕੱਟ ਲਈਆਂ ਹਨਾ ਹਜੇ ਤਾਂ ਟਾਈਮ ਵੀ ਨਹੀਂ ਕੁਛ ਵੀ ਹੋਇਆ ਸਬਜ਼ੀ ਦਾ ਕੀ ਕਰਾਂ
ਜੀ ਵੀ ਨਹੀਂ ਲੱਗਦਾ ਹੈਗਾ, ਕੱਲੀ ਆਂ ਗੀ ਘਰੇ। ਸੱਚ ਮਿਸਤਰੀ ਇਹਨਾਂ ਨਾਲ ਬੁਲਾ ਲਓ ਫੋਨ ਲਾ ਕੇ, ਪੈਸਿਆਂ ਦੇ ਬਹਾਨੇ ਹਨ, ਨਾਲੇ 150 ਰੁਪਈਆ ਦੇ ਦੂੰਗੀ ਮੇਰੇ ਕੋਲ ਪਿਆ ਸੀਗਾ, ਇੰਨਾ ਕੁ ਲੈ ਜਾ ਮੇਰੇ ਕੋਲ ਚੱਲ ਹੀ ਜਾਣਾ ਗਾ, ਨਾਲੇ 2 ਮਿੰਟ ਗੱਲਾਂ ਮਾਰ ਲੂੰ ਉਹਦੇ ਨਾਲ, ਹੁਣ ਤਾਂ ਨਹੀਂ ਜੀ ਜਾ ਲੱਗਦਾ। ਫੋਨ ਲਾ ਲਓ, ਨੰਬਰ ਤਾਂ ਹੈਗਾ ਉਹਦਾ, ਉਹਦੇ ਕਾਰਡ ਦੇ ਕੇ ਗਿਆ ਸੀ, ਸੇਵ ਹੀ ਆ ਨੰਬਰ ਤਾਂ। ਹੈਲੋ ਹੈਲੋ, ਹਾਂਜੀ ਮੈਂ ਇਧਰੋਂ ਉਹ ਪਾਰਲਰ ਦੇ ਘਰੋਂ ਬੋਲਦੀ ਸੀ, ਸੋਨੀ। ਸੋਨੀ ਅੱਛਾ, ਆ ਗਏ ਧਿਆਨ ਚ? ਹਾਂਜੀ ਹਾਂਜੀ ਬੋਲੋ। ਅੱਛਾ ਫ੍ਰੀ ਸੀਗੇ? ਬਿੱਲੀ ਆ ਗਏ ਬੋਲੋ। ਅੱਛਾ ਮੈਂ ਤਾਂ ਕਹਿੰਦੀ ਸੀ ਕਿ ਪੈਸੇ ਪੈਸੇ ਥੋੜੇ ਜਿਹੇ ਮੇਰੇ ਕੋਲੇ, ਤੁਸੀਂ ਲਈ ਜਾਵੋ ਫਿਰ ਨਾ ਮੇਰੇ ਕੋਲ ਚੱਲ ਜਾਣਗੇ ਘਰੇ। ਅੱਛਾ ਜੇ ਤੁਸੀਂ ਫ੍ਰੀ ਆ ਤਾਂ ਲੈ ਜਾਓ ਆ ਕੇ। ਚੱਲ ਆਉਣਾ, ਪੈਸਾ ਤਾਂ ਕਿਹੜਾ ਛੱਡੇ। ਹਾਂਜੀ ਲੈ ਜਾਓ, ਠੀਕ ਹੈ ਚੱਲ ਆਉਣਾ। ਮੋਟਰ ਠੀਕ ਕਰਨੀ ਹੁੰਦੀ ਝੋਲਾ ਛੱਡ ਕੇ ਆ ਗਏ। ਕਰਦਾਂਗੇ ਹੱਥਾਂ ਨਾਲ ਕਰਦਾਂਗੇ, ਮੋਟਰ ਦੀ ਕੀ ਗੱਲ ਹੈਗੀ, ਹੁਣ ਤੇਰੀ ਮੋਟਰ ਹੀ ਖਰਾਬ ਹੋਈ ਜਾਊਗੀ, ਬਸ ਹੋਰ ਵੀ ਖਰਾਬ ਕਰ ਲਾ। ਹੋਰ ਕੀ ਖਰਾਬ ਕਰਾਂ, 100 ਸਾਧਨ ਪਿਆ ਇੱਥੇ। 100 ਸਾਧਨ ਨੂੰ ਕਿਹੜਾ, ਇੱਥੇ ਤੁਸੀਂ ਗੈਸ ਚੁੱਲ੍ਹੇ ਵੀ ਠੀਕ ਕਰ ਦਿਓਗੇ, ਕਹਿ ਦਾਂ ਵੀ ਹਾਂ ਭਾਈ ਮੈਂ ਤਾਂ ਸਭ ਰੁਕੇ ਮੈਂ ਸੀ, ਚੁੱਲ੍ਹਾ ਖਰਾਬ ਹੋ ਗਿਆ ਜੀ ਮੇਰਾ। ਕਰ ਬੋਲ ਕੀ ਠੀਕ ਕਰਾਂ, ਸਾਰਾ ਉਸ ਠੀਕ ਕਰ ਦੂੰ, ਤੈਨੂੰ ਵੀ ਠੀਕ ਕਰ ਦੂੰ ਮੈਂ ਤਾਂ। ਕੀ ਮੈਨੂੰ ਤਾਂ ਕੀ ਹੋਇਆ, ਮੈਂ ਤਾਂ ਠੀਕ ਹੀ ਹਾਂ, ਮੈਂ ਤਾਂ ਠੀਕ ਹਾਂ। ਮੈਨੂੰ ਕਈ ਵਾਰ ਬੰਦੇ ਦਾ ਜੀ ਜੂ ਨਹੀਂ ਲੱਗਦਾ ਹੁੰਦਾ, ਬੜਾ ਪਤਾ ਗਾ ਤੈਨੂੰ ਵੀ ਜੀ ਨਹੀਂ ਲੱਗਦਾ ਹੁੰਦਾ। ਪਤੀ ਆ ਸਾਨੂੰ, ਚੱਲ ਪਾਣੀ ਪੂਣੀ ਤਾਂ ਪਿਆ ਦੇ, ਤੂੰ ਤਾਂ ਗੱਲਾਂ 'ਚ ਹੀ ਲਾ ਲਿਆ। ਅੱਛਾ ਪਾਣੀ ਵੀ ਪੀਊਂਗੇ? ਲੈ ਹੋਰ ਦੁੱਧ ਪੀਊਂਗੇ? ਹਾਂ ਹੁਕਮ ਕਰੋ, ਦੁੱਧ 'ਚ ਪੱਤੀ ਪਾ ਲੈਂਦੇ ਹਾਂ। ਪਾ ਦਿਓ ਫਿਰ, ਕੋਈ ਗੱਲ ਨਹੀਂ ਪਾ ਦਿੰਦੇ, ਪੱਤੀ ਪਾਲਦੇ ਹਾਂ, ਦੁੱਧ 'ਚ ਪੱਤੀ ਪਾ ਦਾਂਗੇ ਤੁਹਾਡੇ ਵਾਸਤੇ, ਦੱਸ ਦੁੱਧ ਦਾ ਤੋੜਾ। ਅੱਛਾ ਤੇ ਹੋਰ ਹੱਦੋ ਹੀ, ਆ ਮੇਰੇ ਗੰਡੇ ਵਾਲੇ ਹੱਥ ਨੇ, 1 ਮਿੰਟ ਰੁਕ ਜਾ ਬਸ, ਉਹਨੇ ਗੱਲਾਂ ਮਾਰ ਲਿਆ ਕਰਕੇ। ਕੀ ਗੱਲਾਂ ਮਾਰ ਲਈਆਂ ਨੇ ਵੀ ਨਹੀਂ ਕਿਹਾ ਹੈਗਾ ਮੈਨੂੰ, ਤੂੰ ਪੈਸੇ ਦੇ। ਪੈਸੇ ਵੀ ਲੈ ਜਾਓ, ਦੱਬਦੇ ਤਾਂ ਨਹੀਂ ਪੈਸੇ ਤੁਹਾਡੇ, ਕਿਉਂਕਿ ਪੈਸੇ ਦਿਓ ਦੱਬਣ ਨੂੰ ਥੋੜੀ ਗਾ, ਜੇ ਦੱਬਣ ਤਾਂ ਮੈਨੂੰ ਉਹ ਸ਼ੱਕ ਹੁੰਦਾ ਫਿਰ ਮੈਂ ਉਦੀ ਨਾਲ ਲੈ ਜਾਂਦਾ, ਹੈ ਨਹੀਂ ਗਾ ਘਰੇ ਕੋਈ, ਘਰੇ ਹੁੰਦਾ ਕੌਣ, ਕਿੰਨੇ ਵਾਰੀ ਆਇਓਗੇ? ਅੱਛਾ ਲੈ ਕੇ ਦਵਾਂ ਪਾਣੀ, ਹੋਰ ਗੰਡਲ ਨਾ ਹੱਥ ਲਾ ਦੀ ਕਦੇ ਹਲਕ ਮੱਚ ਜੇ ਮੇਰਾ, ਨਹੀਂ ਮਿੱਠਾ ਪਾਉਂਗੀ। ਆਦੋ ਵੀ ਲੈ ਯਾਰ, ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਹੈ, ਕਦੇ ਊਂ ਤਾਂ ਨਹੀਂ ਲੈਣ ਤੇ ਆਉਂਦੀ, ਰਾਹ ਸੌਖਾ ਹੋ ਜੀ, ਕਰਦੇ ਹਾਂ ਕੋਈ ਕਤਹਿਤ ਇਹਦੇ ਨਾਲ ਵੀ। ਪਾਣੀ ਪੀ ਕੇ ਦੇਖੋ ਮਿਰਚਾਂ ਵਾਲਾ ਕੀ ਸ਼ਰਬਤ ਨਾਲ ਮਿੱਠਾ। ਅੱਛਾ ਓਹੋ, ਹੱਥ ਦਾ ਉਹ ਜਾ, ਤੁਸੀਂ ਏਦਾਂ ਹੱਥ ਪਾਇਆ। ਹੋਰ ਦੁੱਧ ਚ ਪੱਤੀ ਪਾਈ ਹੈ ਕਿ ਸਾਧੂ? ਬਸ ਤੂੰ ਉਹ ਦੇ ਦੇ ਮੈਨੂੰ ਪੈਸੇ, ਲੈ ਕੇ ਜਾਣੇ ਆ, ਝੋਲਾ ਝੋਲਾ ਤਾਂ ਹੈ ਨਹੀਂ ਸੀ ਤਾਂ ਕਾਹਦੇ ਚ ਲੈ ਕੇ ਜਾਊਂਗੀ। ਗਾਹਾਂ ਨੂੰ 4-5 ਲੱਖ ਦੇਣਾ ਹੈਗਾ, ਵੈਸੇ ਕਹਿ ਰਹੀ ਸੀ। ਕਿੰਨੇ ਦੇਣੇ ਆਗੇ? 200 ਰੁਪਇਆ ਪਿਆ ਸੀਗਾ, ਦੇਖਿਆ ਝੋਲੇ 'ਚ ਪੈਣਗੇ ਉਹ। ਮੈਂ ਤਾਂ ਮਜ਼ਾਕ ਕਰ ਰਹੀ ਸੀ, ਫਿਰ ਕੀ ਹੋ ਗਿਆ ਜੇ ਮਜ਼ਾਕ ਕਰ ਲਿਆ 2 ਮਿੰਟ, ਮੇਰੇ ਨਾਲ ਮਜ਼ਾਕ ਮਹਿੰਗਾ ਨਾ ਪੈ ਜੇ। ਹੋਰ ਦੁੱਧ 'ਚ ਪੱਤੀ ਪਾਵਾਂ, ਹੱਥ ਤਾਂ ਛੱਡ ਦੋ। ਟਿਕ ਗਿਆ ਸੀਗਾ, ਨਹੀਂ ਕੋਈ ਗੱਲ ਨੀ, ਇਹਨੂੰ ਕਿਵੇਂ ਰੋਜ਼ ਹੀ ਸੱਦ ਲਾਨੀ ਆ ਤੂੰ।
ਅੱਛਾ ਆ ਗਏ ਤੁਸੀਂ, ਇਹ ਤਾਂ ਪੈਸੇ ਲੈਣ ਆਏ ਸੀ। ਮੈਂ ਤਾਂ ਆ ਗਿਆ, ਮੈਂ ਤੁਹਾਡੀਆਂ ਗੱਲਾਂ ਉਥੋਂ ਸੁਣੀ ਆ ਨਾ, ਬਾਹਰ ਚੜਿਆ ਕਿਦੋਂ, ਫਿਰ ਕੀ ਹੋ ਗਿਆ? ਫਿਰ ਲਾਇਆ ਸੀ, ਪੈਸਿਆਂ ਦੀ ਗੱਲ ਕਰੀ ਜਾਂਦੇ ਆ। ਪੈਸਿਆਂ ਦੀ ਕਿਉਂ, ਹੋਰ ਵੀ ਗੱਲਾਂ ਕਿੰਨੀਆਂ ਮਾਰੀ ਜਾਂਦੇ ਆ। ਹੋਰ ਕਿਹੜੀਆਂ ਮਾਰ ਲਈਆਂ ਸੀ ਗੱਲਾਂ? ਕਹਿੰਦੇ ਕਹਿੰਦੀ ਮੈਂ ਤੈਨੂੰ ਬੈਠਣ ਨੂੰ ਵੀ ਨਹੀਂ ਕਿਹਾ, ਮੈਂ ਬਣਾਉਣਾ ਵੀ ਨਹੀਂ ਕਿਹਾ। ਮੈਂ ਆਏ ਗਏ ਦੀ ਤਾਂ ਪ੍ਰੇਮੀ ਕੇ ਸੇਵਾ ਚਾਹੀਦੀ ਆ। ਜੇ ਕੋਈ ਆ ਜੇ ਘਰੇ ਬਗਾਨਾ ਬੰਦਾ, ਅਗਲਾ ਕਹਿੰਦਾ ਨਹੀਂ ਹੁੰਦਾ ਵੀ ਬਈ ਬਹਿ ਜਾ ਖੜ ਜਾ, ਫਿਰ ਕਹਿਣਾ ਪੈਂਦਾਗਾ। ਐ ਕੋਲੇ ਖੜ ਕੇ ਵੀ ਪੈਸੇ ਮੰਗ ਲੈਂਦਾ ਤੇ ਫਿਰ ਕੀ ਹੋ ਗਿਆ? ਜਦੋਂ ਮੈਂ ਆਇਆ ਕੋਲੇ ਖੜ ਕੇ ਮੰਗ ਲੈਂਦਾ ਪੈਸੇ, ਹੋਰ ਮੈਂ ਕੋਠੇ ਤੇ ਚੜ ਕੇ ਮੰਗਾ ਰੋਲਾ ਪਾ ਕੇ। ਕਹੇ ਤਿੰਨ ਪੈਸਿਆਂ ਦਾ ਕਹਿੰਦਾ ਕਰ ਲੈਣਾ ਟੁਕੜਾ ਹੈ ਨਹੀਂ ਸੀ ਮੇਰੇ ਕੋਲੇ ਪੈਸੇ, ਮੈਂ ਇਹੀ ਕਹੀ ਜਾਂਦੀ ਸੀ। ਮੈਂ ਕਿਹਾ ਹੈ ਨਹੀਂ ਗਾ ਘਰੇ, ਚੰਗਾ ਹੋ ਗਿਆ ਆ ਗਿਆ, ਹੁਣ ਤੁਸੀਂ ਦੇ ਦੋ ਪੈਸੇ ਲਿਆ ਕੇ। ਕੱਢ ਕੇ ਲਿਆ ਕੇ ਦੇ ਅੰਦਰੋਂ। ਹੁਣ ਉਹ ਹੈ ਨਹੀਂ ਮੇਰੇ ਕੋਲੇ, ਮੈਂ ਕੱਪ ਥੋੜੀ ਮਾਰੀ ਜਾਂਦੀ ਹੈਗੀ, ਬਟ ਉਹ ਤਾਂ ਤੁਹਾਡੇ ਕੋਲੇ ਜੇਬ ਚ ਆਗਾ, ਤੁਸੀਂ ਦੇ ਦੋ ਕੱਢ ਕੇ, ਇਹਨੂੰ ਪਾ ਕੇ ਜਾਣਗੇ। ਇਹਦੇ ਗੱਲ ਨਹੀਂ ਹੈਗੇ, ਚਲ ਮੈਂ ਆਪੇ ਦੇ ਦੂੰ। ਲੈ ਇਹਦੇ ਕੋਲੇ ਵੀ ਨਹੀਂ ਹੈਗੇ, ਆਪੇ ਕਦੋਂ ਦੇ ਦੋਗੇ? ਹੁਣ ਤਾਂ ਅਗਲਾ ਘਰੇ ਆਏਗਾ, ਫਿਰ ਤੁਸੀਂ ਮੈਂ ਲੈ ਘਰੇ ਹੀ ਬੜਾਇਆ ਹੂੰ। ਲੈ ਤੂੰ ਦੋ ਕੁ ਸੌਤਾ ਦੇ ਦੇ ਜਿਹੜਾ ਹੈਗੇ ਆ। ਚਲ ਚੰਗਾ ਮਿਲਿਆ, ਮੇਰੇ ਕੋਲ ਰੁਪਈਆ ਰਹਿਣ ਬੰਦਾ। 500 ਰੁਪਈਆ ਯਾਰ, ਉਹੀ ਨਹੀਂ ਦਿੱਤਾ ਜਾਂਦਾ ਦੋਸਤੋ। ਓਏ ਕਾਹਨੂੰ ਇਹ, ਮੈਨੂੰ ਲੱਛਣ ਜੇ ਖਰਾਬ ਲੱਗਦੇ। ਜਿਵੇਂ ਮੈਂ ਲੱਛਣ ਜੇ ਇਹਦੇ ਖਰਾਬ ਲੱਗਦੇ। ਲੱਛਣ ਜੇ ਕਿਵੇਂ? ਹੈ ਇਹ ਗੱਲਾਂ ਹੀ ਹੋਰ ਹੀ ਕਰੀ ਜਾਂਦੀ ਰਹਿੰਦੀ ਆ। ਕਿਹੜੀਆਂ ਕਰਦੀ ਆ ਮੈਨੂੰ ਵੀ ਦੱਸ ਦੇ। ਸੁਣ ਗਿਆ ਮੈਨੂੰ ਉੱਥੇ, ਹੈ ਮੈਨੂੰ ਸੁਣ ਗਿਆ ਤੁਹਾਡੀਆਂ ਗੱਲਾਂ। ਗੱਲਾਂ ਨੂੰ ਕਿਹੜਾ, ਅਸੀਂ ਬਿਹਾਰਤਾਂ ਪਾ ਰਹੇ ਜਾਂ ਬਾਤਾਂ ਪਾ ਰਹੇ ਸੀਗੇ ਯਾਰ। ਕਿਤੇ ਕੁਛ ਕਹਿੰਦੀ ਕਿਤੇ ਕੁਛ ਨੀ। ਤੂੰ ਬੰਦਾ ਆ ਗਿਆ ਕਿਤੇ ਕਹਿੰਦੇ ਪੈਸੇ ਫੜਾ ਕੇ। ਆ ਲਓ ਜੀ, ਉਹੀ ਨੇ ਜਿਹੜੇ ਉੱਤੇ ਮੋੜ ਕੇ ਗਏ ਸੀ, ਉਮੀ ਰੱਖੀ ਬੈਠੀ ਸੀਗੀ ਮੈਂ ਤਾਂ। ਐ ਨੀ ਪਤਾ ਬੋਤਲ ਵਾਸਤੇ ਵੀ ਲੈ ਜਾਂਦਾ ਮੈਂ ਤੋਂ ਖੋ ਕੇ। ਦਾਰੂ ਪੀਂਦਾ ਇਹ, ਹੈਂ ਕਦੇ ਲਾ ਲੈਨੇ ਆ ਸੱਟੇ ਯਾਰ, ਇਹ ਤਾਂ ਉਹੀ ਮਰੀ ਜਾਂਦੀ ਆ। ਹਾਂ ਆਪਣੇ ਵੀ ਦੇਸੀ ਨਹੀਂ, ਮੈਂ ਤਾਂ ਕਹਿੰਨੀ ਆ ਵੀ ਚੱਲ ਚੰਗਾ ਹੋ ਗਿਆ, ਧਾਰ ਉੱਤਰ ਗਈ, 200 ਤਾਂ ਦਿੱਤਾ, ਚੱਲ 300 ਰਹਿ ਗਿਆ ਮੈਂ ਤੇਲ ਲੈ। ਹਾਂ ਹਾਂ ਦੇਸੀ ਪਈਆ ਪਾਪ ਕਰਦੇ ਆ ਪਈਆ ਤਾਂ ਫਿਰ ਲਿਆ ਦੀ ਬੋਤਲ। ਆ ਦੇਖੀ ਲੈ, ਧਾਰ ਤਾਂ ਪਹਿਲੀ ਨਹੀਂ ਉੱਤਰਦੀ ਹੈਗੀ, ਤੇ ਪੈਸੇ ਦਿੱਤੇ ਜਾਂਦੇ। ਇਹ ਲੈਣੇ ਆ ਉਹਦੇ ਭਾਈਚਾਰੇ ਚ ਲੈ ਲੂਗਾ ਇੱਕ ਬੋਤਲ, ਫੇਰ ਕੀ ਦੱਸ ਰੱਬ ਡਿੱਗਦਾ ਹੈਗਾ। ਕਈ ਵਾਰੀ ਭਾਈਚਾਰੇ ਤੋਂ ਮਗਰੋਂ ਦੇ ਕੇ ਬੋਤਲ ਫੁੜ ਕੇ ਕਹਿੰਦੇ ਮੈਂ ਦੇਸੀ ਦੀ ਸੀ, ਫੜਾ ਦੇ 800 ਮੈਨੂੰ ਤਾਂ। ਓਏ ਕਿਧਰੇ ਇੱਥੋਂ ਮੰਗੇ ਆ, ਗੱਲ ਇਹਦੇ ਨਾਲ ਕਰਦਾ, ਖਾਣ ਪੀਣ ਤਾਂ ਹੁਣ ਹੁੰਦੀ ਆ। ਇੱਥੋਂ ਤਾਂ ਨਹੀਂ ਪੈਸੇ ਮੰਗਦਾ, ਫੁੱਟ ਮੈਂ ਲਾ ਲੂੰ। ਚੱਲ ਨਹੀਂ ਆ, ਚੱਕ ਲਿਆ ਜੀ ਲਿਆ ਮੈਂ ਫਿਰ ਚੱਕ ਲਈ ਹੁਣੀ। ਚੱਲ ਚੰਗਾ ਕੋਈ ਗੱਲ, ਹੁਣ ਘਰੇ ਬੁਲਾਏਗਾ ਤੇ ਹੋਰ ਹੁਣ ਘਰੇ ਕੀ ਹੁੰਦਾ, ਘਰੇ ਬਹਿ ਕੀ ਪੀਊਗਾ, ਬੜੀ ਖਰਾਬ ਆ ਉਹ ਵੀ ਤਾਂ। ਮੈਂ ਪੀਂਦਾ ਘਰੇ ਬਹਿ ਕੀ, ਘਰੇ ਬਹਿ ਕੇ ਪੀਊਗਾ ਫਿਰ ਤੂੰ, ਘਰੇ ਬਹਿ ਕੇ ਪੀਣਾਗਾ ਪੀ। ਚੱਲ ਫਿਰ ਹੁਣ ਇਹਨੂੰ ਵੀ ਘਰੇ ਸੱਦ ਕੇ ਬਿਠਾਏਗਾ ਤੂੰ ਬਰੋਬਰ, ਤੇ ਤੂੰ ਕਿਤੇ ਨਾ ਖੜਾ ਹੈ ਗਿਆ ਤੇ ਮੈਂ ਇਹ ਬਸ, ਤੇ ਤੈਨੂੰ ਨਹੀਂ ਦਿੰਦਾ ਹੈਗਾ ਵੀ ਕਿਉਂ ਖੜਾ ਰੱਖਿਆਗਾ ਇਹ, ਘੁੱਟ ਪੀ ਲਾਂਗੇ ਫਿਰ ਕੀ ਹੋ ਜੂ। ਅੱਖਾਂ ਹੈਗੀਆਂ ਮੂੰਹ ਤੇ, ਦਿਸਦਾ ਹੈਗਾ ਵੀ ਕਾਦੇ ਵਾਸਤੇ ਆਇਆ ਸੀ। ਮੈਨੂੰ ਤੇਰਾ ਹਿਸਾਬ ਨਹੀਂ ਆਉਂਦਾ ਹੈਗਾ, ਕਹਿੰਦੇ ਦੂਜੇ ਰੋਟ ਭਾਉਂ ਜਾਂਦੀ ਹੈ, ਕਹਿੰਦੇ ਦੂਜੇ ਮਿੰਟ ਚ ਹੀ ਭਾਉਂਗੀ। ਮੈਂ ਕਾਦਾ ਭਾਉਂਗੀ, ਲੈ ਹੱਦ ਹੋ ਗਈ ਤੇਰੇ ਵਾਲੀ ਜੰਮੀ, ਮੈਂ ਮਿੰਟਾਂ ਨਹੀਂ ਭਾਉਂਗੀ। ਨਕਲੇਸ਼ ਕੋ ਬਾਦੀ, ਇਹ ਤਾਂ ਹੈਗਾ ਹੈ ਜਾਂ ਕਲੇਸੀ, ਉਹ ਭੱਜ ਜਾ। ਮੈਂ ਪਵਾਉਣਾ ਕਲੇਸ਼, ਭੱਜ ਜਾ ਭੱਜ ਜਾ, ਤੂੰ ਹਮੇ ਸਾਡੇ ਕਲੇਸ਼ ਕੋ ਜਾਊਗਾ, ਇਹ ਹੈ ਨਹੀਂ ਕਰਦਾ ਮੇਰਾ ਬੰਦਾ, ਭੱਜ ਜਾ ਤੂੰ। ਚੱਲ ਮੈਂ ਲਿਆਉਣਾ ਦੇਸੀ ਯਾਰ, ਲਿਆ ਯਾਰ ਤਾਂ ਬਾਲੀ ਖਰਾਬ ਆ ਭਰਾਵਾ। ਕੋਈ ਨਹੀਂ ਇਹਦੇ ਜਿੱਥੇ ਸਾਰ ਕੇ ਰੱਖ ਕੇ, ਮੈਂ ਜਿੱਤੇ ਮੈਂ ਫੇਰ ਹੀ ਕੁੱਟੂਆਂ, ਪੀ ਕੀ ਕੁੱਟੂਆਂ ਜੀ। ਕੀ ਬੋਲਦੇ ਆ, ਪੀ ਕੇ ਤੁਸੀਂ ਬਗਾਨੇ ਦੇ ਸਾਹਮਣੇ ਹਾਏ ਬੋਲਦੇ? ਅੱਛਾ ਪੀ ਕੇ ਜਿੱਤੇ ਕੁੱਟੂਗਾ ਹੈ? ਹਾਂ ਮਾੜਾ ਸੁਧਰ ਜਾਓ, ਕਿਉਂ ਨਾ ਤੁਹਾਨੂੰ ਇੱਜ਼ਤ ਕਰਨੀ ਆਉਂਦੀ ਆਪਣੇ ਘਰ ਵਾਲੀ ਦੀ? ਫੇਰ ਤੈਨੂੰ ਪਤਾ ਲੱਗੂਗਾ, ਫੇਰ ਪਤਾ ਲੱਗੂ। ਹੁਣ ਤੱਕ ਤਾਂ ਉਹਨੂੰ ਕਹੀ ਜਾਂਦੇ ਸੀ ਇੱਥੇ ਕੋਲੇ ਖੜਾ ਰੱਖਿਆ ਬਗਾਨਾ, ਅੱਛਾ ਹੁਣ ਉਹਨੂੰ ਕਹਿੰਦਾ ਤੂੰ ਬੋਤਲ ਲਿਆ ਇੱਥੇ ਬਹਿ ਕੇ ਪੀਨੇ ਆ, ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ?
ਬਾਈ ਕਹਿੰਦਾ ਬੀਮਾ ਕਦੋਂ ਰੋਜ਼ ਹੀ ਆਉਂਦਾ, ਕਹਿੰਦਾ ਮੋਟਰ ਦਾ ਫਿਰ ਸਮਾਰ ਕੀ ਜਾਊਗਾ, ਸਮਾਰ ਕੇ ਸਮਾਰ ਤੂੰ ਮਿੰਟ ਚ ਮੁੰਡਾ 20 ਹਜ਼ਾਰ ਵੀ ਲਿਆ ਆ, ਚੱਲ ਵਧੀਆ ਉਹ ਆ ਥੋੜੀ ਜਿਹੀ ਮੈਂ ਪੀ ਲਈ ਇੱਥੇ ਆਉਂਦੇ ਨੇ ਜੀ ਜਾ ਕਰਾਇਆ ਸੀ, ਚੱਲ ਕੋਈ ਗੱਲ ਗਲਾਸ ਗਲੂਸ ਜਿਹਾ ਤਾਂ ਮੰਗਵਾ ਲਾ, ਸੋਨੀ ਲਿਆ ਕੇ ਦੇ ਅੱਜ ਤੋਂ ਗਲਾਸ ਦੋ, ਘਾਬਰੀ ਬੈਠੀ ਆੜੀ ਆ ਤੇਰੀ ਬਹੂ, ਘਾਬਰੀ ਰਹਿਣ ਦੇ ਤੂੰ ਮੈਨੂੰ ਪਹਿਲਾਂ ਕਹਿ ਦਿੰਦਾ ਵੀ ਮੈਂ ਪੀ ਲੈਣਾ ਦੇਸੀ ਵਾਧੂ ਮੈਂ ਪਹਿਲੇ ਤੋੜਦੀ, ਉਹ ਮੈਨੂੰ ਐਂ ਮੈਂ ਕਈ ਵਾਰੀ ਨਹੀਂ ਹੁੰਦੀ, ਸਾਰਾ ਸਮਾਨ ਪਾਇਆ ਤੇ ਤੂੰ ਸਮਾਨ ਵੀ ਨੀ ਗਿਣਿਆ ਜਾਣਾ ਹੈਗਾ, ਗਲਾਸ ਦੋ ਤਾਂ ਚੱਕਰੇ ਹੁੰਦੀ ਇੱਕ ਚੱਕੀ ਹੁੰਦੀ ਹੱਲੀ ਫਿਰਦੀ ਆ ਭਰਾਵਾ ਤੇਰੀ ਘਰ ਵਾਲੀ ਤਾਂ ਕੰਮ ਕਰੀ ਚੱਲ ਹੁਣ ਕਰ ਲਾ ਕੰਮ, ਮੈਂ ਤੈਨੂੰ ਹਟਾਇਆ ਕੰਮ ਬਾਂਦਰੀ ਜੀ ਐਂ ਘਰ ਪਾ ਲੈ ਮੋਟਾ ਜਿਹਾ ਪਾ ਲਾ, ਐਂ ਥੋੜੇ ਸਾੜੇ ਨਾਲ ਨੀ ਸਰਦਾ ਹੈਗਾ, ਠੀਕ ਹੈ ਬੀਅਰ ਪਾਏਗਾ ਵਿੱਚ ਕਹਿ ਖਿੱਚ ਜਾਏਗਾ, ਜੇ ਤੂੰ ਅੱਡ ਅੱਡ ਪਾ ਲਈ ਓਏ ਵਿੱਚ ਵਧੀਆ ਅੱਡ ਪੀ ਨਹੀਂ ਸੱਜਰਿਆ, ਆਪਾਂ ਫਿਰ ਪਾਣੀ ਨਹੀਂ ਨਾ ਪਾਉਂਦੇ ਅੱਡ ਪੀ ਨਹੀਂ ਤੂੰ, ਦੋ ਪੈਗ ਮੈਂ ਤੁਹਾਨੂੰ ਦੱਸਦਾ ਦੋ ਪੈਗ ਤੇਜ਼ ਵਾਲੀ ਤੇਜ਼ ਨੀ, ਦੋ ਪੈਗ ਮਾਰ ਤੂੰ ਧਰ ਕੇ ਮੈਂ ਤਾਂ ਨੀਟ ਹੀ ਪੀਨਾ ਹੁਣਾ, ਤੇਜ਼ ਉਦੋਂ ਲਾ ਤਾਂ ਸਹੀ ਮਿਲਦਾ, ਪਹਿਲਾਂ ਵੀ ਪੀ ਬੈਠਾਂਗਾ ਤੂੰ, ਮੈਂ ਪਹਿਲਾਂ ਪੀ ਕੇ ਆਇਆ ਸੀ ਬਹੁਤ, ਤੂੰ ਬਸ ਫਿਰ ਇੱਕ ਪੈਗ ਦੀ ਮਾਰ ਆਣੀ ਆ, ਆਹ ਤਾਂ ਹੀ ਪੀਂਦੇ ਹੁੰਦੇ ਆ ਇਹਦਾ, ਤੂੰ ਪੀ ਲਾ ਚੀਰਦੀ ਅਸੀਂ ਨੇ ਹੈਂ, ਇੱਕ ਪੈਗ ਤਾਂ ਹੋਰ ਲਾ ਲਾ ਥੋੜਾ ਜਿਹਾ, ਗੱਲ ਤਾਂ ਸੁਣ ਲਾ ਨੀਟ ਖਿੱਚ ਤੂੰ ਥੋੜਾ ਜਿਹਾ ਤਾਂ ਲਾ, ਬਸ ਬਸ ਇੰਨਾ ਕੁ ਲਾ ਤਾਂ ਸਹੀ ਤੂੰ, ਆ ਲਾ ਲੁਕੋ ਕੇ ਰੱਖ ਲਾ ਬਾਕੀ ਆਪਦੀ ਰਾਤੇ ਬਰਾਤੇ ਪੀ ਲਈ ਤੇਰੀ ਆ ਹੁਣ, ਇਹ ਹੈਂ ਧਰਦਾ ਹੁੰਜੇ ਚ ਧਰ ਦੇਣਾ ਗਾ, ਦੇਖੀ ਗੱਲਾਂ ਕੋਈ ਨਾ ਕੋਈ ਡੱਕਿਆ ਉਹ, ਮੈਂ ਤਾਂ ਇੱਕ ਅੱਧਾ ਪੈ ਗਈ, ਮੈਂ ਤਾਂ ਫਿਰ ਜਾਣਾ ਗਾ ਚੰਗਾ, ਬਹਿ ਜਾ ਕੇ ਜਾਣਾ ਕਿੱਧਰ, ਓਏ ਦਾਲ ਜੀ ਮਿਲ ਜੂਗੀ ਮਾੜੀ ਮੋਟੀ ਖਾਣ ਨੂੰ ਲਿਆਵਾਂ, ਹੈ ਅਜੇ ਤਾਂ ਧਰੀ ਜਾਂਦੀ ਆ, ਉਹ ਹੋਰ ਮਿਲ ਜੂ ਕੋਈ ਮਿਰਚ ਮੁਰਚ ਵਾਲੀ ਚੀਜ਼ ਯਾਰ ਵਧੀਆ ਰਹਿੰਦੀ ਆ, ਤੂੰ ਪੈ ਜਾ ਤੇਰੇ ਮੈਂ ਲਿਆਉਣਾ ਗਾ ਚੰਗਾ, ਆਹ ਰੱਖ ਦੇ ਸਾਮ ਕਿਸੇ ਦਰਜੇ ਰੱਖ ਦੇ ਪੀ ਲਈ, ਬਸ ਮੈਂ ਧੱਕੇ ਨੂੰ ਪਾਈ ਨਹੀਂ ਪੈ ਜਾ, ਨਸ਼ਾ ਟੱਕਰਿਆ ਗਾ ਮੈਨੂੰ ਨਸ਼ਾ ਜਾ ਬੜਾ ਫਰਕੀ ਆ, ਪੈ ਜਾ ਪੈ ਜਾ ਅੱਖਾਂ ਮੀਂਹਦਾ ਜਾਂਦਾ ਗਾ ਭੈਣ ਦਾ ਹੀ ਯਾਰ, ਇਹਨਾਂ ਨੂੰ ਚੱਕ ਲਾ, ਚੱਲ ਸਬਜ਼ੀ ਤਾਂ ਬਣ ਗਈ ਤਾਂ ਮਹਿਫਲ ਸਜਾ ਕੇ ਬਹਿ ਕੇ ਆਈ, ਨੀ ਪਤਾ ਕਦੋਂ ਬਣ ਗਈ ਦਾਲ ਦੂਲ, ਹਾਂ ਦਾਲ ਤਾਂ ਬਣ ਕਿੱਧਰ ਗਿਆ,
ਉਹਦਾ ਪਿਆ ਲਿਟਿਆ ਕਰਤਾ ਟੁੰਨ ਹੋ ਮੈਂ ਕਹਦਾ ਟੁੰਨ ਕਿੱਥੇ ਗਾ ਆਪੇ ਪੀ ਕੇ ਆਇਆ ਬਾਹਰੋਂ ਮੈਂ ਤਾਂ ਦੋ ਪੈਗ ਲਵਾਏ ਆ ਦੋ ਪੈਗ ਕਿਹਾ ਬੋਤਲਾਂ ਤਾਂ ਤੂੰ ਦੋ ਲਈ ਬੈਠਾ ਸੀ ਉਹ ਤਾਂ ਇੱਕ ਬੀਆਰ ਸੀਗੀ ਉਹਦੇ ਨਾਲ ਕੀ ਹੁੰਦਾ ਗਾ ਤੂੰ ਕਿਵੇਂ ਫਿਰ ਸੋਫੀ ਜੇ ਖੜਾ ਮੈਂ ਕਿਹੜਾ ਬੀਤੀ ਆ ਕਿੱਡਾ ਬੇਸ਼ਰਮਾ ਗਾ ਉੱਤੇ ਆ ਕੇ ਖੜ ਗਿਆ ਸੀ ਮੈਂ ਐਵੇਂ ਤੈਨੂੰ ਗਾਲਾਂ ਦੀ ਚੱਲੂਗਾ ਐਵੇਂ ਸ਼ੱਕ ਕਰੀ ਜਾਂਦਾ ਤੇਰੇ ਤੇ ਮਹਾਂ ਚੱਲ ਇਹਨੂੰ ਬਰਿਆਉਣੇ ਮੈਂ ਤਾਂ ਬਰਿਆਇਆ ਮੈਂ ਦੋ ਮਿੰਟ ਗੱਲਾਂ ਕਰ ਲਾਂਗੇ ਚੱਲ ਖੁੱਲ ਕੇ ਜੀ ਚੱਲ ਪੈਸੇ ਲੈ ਕੇ ਵਗ ਜੂਗਾ ਪੈਸੇ ਲੈਣ ਆਇਆ ਤੂੰ ਮੈਨੂੰ ਘਬਰ ਕੇ ਜੇ ਕਿਵੇਂ ਪੈਂਦੀ ਸੀ ਉੱਥੇ ਮੇਰੇ ਤੇ ਯਕੀਨ ਕਰੂਗਾ ਨਹੀਂ ਐਵੇਂ ਮੇਰੇ ਨੀ ਪਤਾ ਤੇਰੇ ਸਾਹਮਣੇ ਦੇ ਜਾਂਦਾ ਤਾਂ ਕੁੱਟਣ ਮੈਨੂੰ ਤੈਨੂੰ ਨੀ ਪਤਾ ਹੈਗਾ ਤਾਂ ਬਾਲਾ ਕੁੱਟਦਾ ਦੇ ਦੇ ਦਾਲ ਦੂਲ ਹੋਣਾ ਹਾਂ ਸਬਜ਼ੀ ਬਣੀ ਪਈ ਆ ਚੱਲ ਦਿੰਦੀ ਹਾਂ ਕਿ ਉੱਥੇ ਲਾਏਗਾ ਪੈਗ ਦੁਬਾਰੇ ਮੈਂ ਤਾਂ ਪੈਗ ਲਾਉਂਦਾ ਨਹੀਂ ਪੀਂਦੇ ਨਹੀਂ ਮੈਂ ਤਾਂ ਹੋਰ ਸ਼ਰਾਬ ਪੀਂਦਾ ਅੱਖਾਂ 'ਚੋਂ ਪੀਂਦਾ ਹੁੰਦਾ ਆਹ ਲਾ ਚੰਗੀ ਨਹੀਂ ਲੱਗਦੀ ਹੈ ਇਹ ਕਿੱਥੇ ਨਸ਼ਾ ਕਰਦੀ ਹੈ ਸਾਨੂੰ ਮਿਸਤਰੀ ਬੰਦੇ ਹਾਂ ਇਹ ਤਾਂ ਗੱਲ ਹੈ ਕਈ ਵਾਰ ਕਰੰਟ ਕਰੁੰਟ ਲੱਗ ਜਾ ਔਖਾ ਹੋ ਜਾਂਦਾ ਫਿਰ ਉਹਦੇ ਨਾਲ ਕਰੰਟ ਨਹੀਂ ਲੱਗਦਾ ਬੱਚਤ ਹੋ ਜਾਂਦੀ ਆ ਕੀ ਸਲਾਹ ਫਿਰ ਅੱਖਾਂ 'ਚ ਪਿਆ ਦਿੰਦੇ ਹਾਂ ਕਿ ਤੁਹਾਡੇ ਵਾਸਤੇ ਸਭ ਕੁਛ ਹਾਜ਼ਰ ਹੈ ਹੋਰ ਕੀ ਭਾਲਦੇ ਹਾਂ ਅਸੀਂ ਹੈ ਚੰਗਾ ਆਜੋ ਉੱਥੇ ਆਜੋ ਹੁਣ ਇੱਥੇ ਖੜੇ ਖੜੇ ਗੱਲਾਂ ਕਰੀ ਜਾਣੀਆਂ ਪਰ ਇੱਥੇ ਖੜਨ ਨੂੰ ਕੀ ਉਹਦਾ ਬਾਬੂ ਜੀ ਬਣਿਆ ਪਿਆ ਹੈਗਾ ਕੋਈ ਨਹੀਂ ਕਮਰੇ 'ਚ ਵਗ ਚੱਲਦੇ ਆ ਬਹਿ ਕੇ ਗੱਲ ਕਰ ਲੈਂਦੇ ਆ ਕਮਰੇ 'ਚ ਤਾਂ ਆ ਜਾ ਫਿਰ ਕਮਰੇ 'ਚ ਹੀ ਭਾਲਦਾ ਹੋਰ ਦੱਸ ਮੈਂ ਕੀ ਕਰਨਾ ਉੱਥੇ ਹੀ ਕਰੂੰਗਾ ਕੋਈ ਮੋਟਰ ਮਾਟਰ ਤਾਂ ਨਹੀਂ ਖਰਾਬ ਹੋਊਗੀ ਹੁਣ ਦੁਬਾਰੇ ਤੂੰ ਮੋਟਰਾਂ ਖਰਾਬ ਕਰਕੇ ਰਾਜੀ ਆ ਹੈਂ ਉਹ ਦੂਜੀ ਕਈ ਵਾਰ ਹੋਰ ਹੋ ਜਾਂਦੀ ਆ ਜਾਣੀ ਹੈ ਉਹ ਨਹੀਂ ਹੁੰਦੀ ਆ ਜਾ ਏਸੀ ਵਾਲੇ ਰੂਮ ਚ ਆ ਜਾ ਇੱਧਰ ਆਏ ਹਾਏ ਏਸੀ ਵਾਲੇ ਚ ਬਿਠਾਏਂਗੇ ਹੈ ਹੋਰ ਹੁਣ ਗਰਮੀ ਵਧਾ ਦਿੰਦੀ ਚੱਪਲਾਂ ਤਾਂ ਲਾ ਹੀ ਲੈਣਾ ਮੈਂ ਲਾ ਦੋ ਲਾ ਦੋ ਅਦੇ ਡਰ ਕਹਨੇ ਗਏ ਤਾਂ ਲਾ ਦੇ ਹੋਰ ਹੁਣ